ਸਤਿਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਮਨਜੀਤ ਸਿੰਘ ਗੋੜੀ USA ਤੋਂ ਆਪ ਜੀ ਦੇ ਸਮਣ ਸਾਹਮਣੇ ਇੱਕ ਵੀਡੀਓ ਲੈ ਕੇ ਆਇਆ, ਜਿਸਦਾ ਕੈਰਵੇ ਦਾ ਠੇਕਾ ਜਿਹਨੂੰ ਆਪਾਂ ਕਹਿੰਦੇ ਹਾਂ, ਅੱਠ ਮਾਤਰਾ ਦਾ ਠੇਕਾ ਹੁੰਦਾ, ਆਪ ਜੀ ਦੇ ਸਾਹਮਣੇ ਲੈ ਕੇ ਆਇਆ। ਅਤੇ ਆਪ ਜੀ ਨੇ ਪਿਛਲੇ ਵੀਡੀਓ 'ਚ ਵੀ ਬੜੀ ਕਿਰਪਾ ਕੀਤੀ ਹੈ, ਆਪ ਜੀ ਨੇ ਬਹੁਤ ਅਸੀਸਾਂ ਬਖਸ਼ੀਆਂ ਨੇ। ਅਤੇ ਪਿਛਲੀ ਵੀਡੀਓ 'ਚ ਥੋੜ੍ਹਾ ਜਿਹਾ ਵੀਡੀਓ ਦੇ ਵਿੱਚ ਥੋੜ੍ਹਾ ਜਿਹਾ ਸਾਊਂਡ ਘੱਟ ਸੀ, ਪਰ ਹੁਣ ਕੋਸ਼ਿਸ਼ ਕੀਤੀ ਕਿ ਵੀ ਸਾਊਂਡ ਵਧੀਆ ਹੋਏਗਾ ਇਸ ਵਾਰੀ, ਅਤੇ ਆਪ ਜੀ ਅਸੀਸ ਬਖਸ਼ੋਗੇ। ਅਤੇ ਆਪ ਜੀ ਦੇ ਸਾਹਮਣੇ ਮੈਂ ਤਾਲ ਕੈਰਵੇ ਦਾ ਠੇਕਾ ਜਿਹੜੇ ਕੀਰਤਨ ਦੇ ਵਿੱਚ ਵੀ ਵੱਜਦਾ, ਅਤੇ ਗਜ਼ਲਾਂ ਦੇ ਵਿੱਚ ਵੀ ਵੱਜਦਾ, ਭਜਨ ਦੇ ਵਿੱਚ ਵੀ ਵੱਜਦਾ, ਆਪ ਜੀ ਦੇ ਸਾਹਮਣੇ ਮੈਂ ਲੈ ਕੇ ਆਇਆ। ਬਹੁਤ ਕਮਾਲ ਦਾ ਠੇਕਾ ਹੈ। ਅਤੇ ਉਹਦੀ ਠੇਕੇ ਦੇ ਕੈਰਵੇ ਦੇ ਠੇਕੇ ਦੇ ਵੱਖਰੇ ਵੱਖਰੇ ਪ੍ਰਕਾਰ ਵੀ ਮੈਂ ਤੁਹਾਨੂੰ ਹੁਣ ਰਾਈਟ ਨਾਲ ਤੁਹਾਨੂੰ ਹੁਣੇ ਦੱਸਾਂਗਾ। ਆਓ ਜੀ, ਕੈਰਵੇ ਦੇ ਠੇਕੇ ਦੇ ਬੋਲ, ਧਾ ਤੇਟੇ ਤਿੰਨ ਤਿੰਨ, ਧਾ ਤੇਟੇ ਦਿਨ ਦਿਨ, ਧਾ ਤੇਟੇ ਤਿੰਨ ਤਿੰਨ, ਧਾ ਤੇਟੇ ਦਿਨ ਦਿਨ। ਆਪ ਜੀ ਨੇ ਆ ਕੈਰਵੇ ਦਾ ਠੇਕਾ ਹਰੇਕ ਵੀਡੀਓ 'ਚ ਤੁਸੀਂ ਸੁਣਿਆ ਹੋਣਾ ਮੇਰੇ ਤਬਲੇ ਤੋਂ। ਅਤੇ ਆਪ ਜੀ ਨੇ ਬੜਾ ਐਪਰੀਸ਼ੀਏਟ ਵੀ ਕੀਤਾ ਹੈ, ਮੈਨੂੰ ਕਮੈਂਟ ਵੀ ਆਏ, ਅਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਅਤੇ ਆਹ ਜਿਹੜਾ ਕੈਰਵੇ ਦਾ ਠੇਕਾ, ਇਹ ਆਪਾਂ ਵੱਡਿਆਂ ਨੂੰ ਵੀ ਆਪਾਂ ਦੱਸ ਸਕਦੇ ਹਾਂ, ਇਹ ਵੀਡੀਓ ਵਾਚ ਕਰਕੇ ਤੁਸੀਂ ਆਪ ਸਿੱਖ ਵੀ ਸਕਦੇ ਹੋ। ਮੈਂ ਤੁਹਾਡੇ ਵਾਸਤੇ ਹੀ ਵੀਡੀਓ ਬਣਾ ਰਿਹਾ, ਅਤੇ ਇਸ ਚੈਨਲ ਨੂੰ ਵੱਧ ਤੋਂ ਵੱਧ ਆਪ ਜੀ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਸ਼ੇਅਰ ਕਰੋ। ਇਸ ਚੈਨਲ ਨੂੰ ਆਪ ਜੀ ਦੇ ਸਹਿਯੋਗ ਨਾਲ ਹੀ ਅੱਗੇ ਵਧਣਾ ਹੈ। ਅਤੇ ਆਪ ਜੀ ਨੂੰ ਫਿਰ ਦੁਬਾਰਾ ਮੈਂ ਦੱਸ ਰਿਹਾ, ਠੇਕੇ ਕੈਰਵੇ ਦੇ ਜਿਹੜੇ ਠੇਕਾ ਹੈ ਉਹਦਾ ਹੈਗਾ, ਦਾ ਦਾ ਤੇ ਦਾ ਤਿੰਨ ਤਿੰਨ, ਦਾ ਤੇ ਤਿੰਨ ਤਿੰਨ, ਦਾ ਦਾ ਤੇ ਨਾ ਤਿੰਨ ਤਿੰਨ, ਦਾ ਤੇ ਤਿੰਨ ਤਿੰਨ, ਦਾ ਦਾ ਤੇ ਨਾ ਤਿੰਨ ਤਿੰਨ, ਦਾ ਤੇ ਤਿੰਨ ਤਿੰਨ, ਦਾ ਦਾ ਤੇ ਨਾ ਤਿੰਨ ਤਿੰਨ, ਦਾ ਤੇ ਤਿੰਨ ਤਿੰਨ, ਦਾ ਤੇ ਤਿੰਨ ਤਿੰਨ, ਦਾ ਤੇ ਤਿੰਨ ਤਿੰਨ। ਇਹ ਥੋੜ੍ਹਾ ਤੇਜ਼ ਵੀ ਜਾ ਸਕਦੇ, ਜਿਵੇਂ ਸ਼ਬਦ ਆਪਾਂ ਤੇਜ਼ ਥੋੜ੍ਹਾ ਜਿਹਾ ਤੇਜ਼ ਕਰਾ, ਦਾ ਤੇ ਤਿੰਨ ਤਿੰਨ। ਬੋਲ ਉਹੀ ਨੇ, ਪਰ ਇਹਦਾ ਥੋੜ੍ਹਾ ਮੱਧਮ ਲੈ ਦੇ ਵਿੱਚ ਆਪਾਂ ਵਜਾ ਰਹੇ ਹਾਂ, ਥੋੜ੍ਹਾ ਜਿਹਾ ਸਪੀਡ ਥੋੜ੍ਹੀ ਵੱਧ ਰੱਖੀ ਹੈ। ਮੰਗ ਵੀ ਸੀ ਕਿ ਤਾਲ ਕੈਰਵੇ ਦੇ ਠੇਕਾ ਦਾ ਕੁਛ ਦੱਸੋ। ਕੈਰਵੇ ਦਾ ਠੇਕਾ ਅੱਠ ਮਾਤਰਾ ਤੁਹਾਨੂੰ ਪਤਾ, ਸਾਰੀ ਦੁਨੀਆਂ ਨੂੰ ਪਤਾ ਹੈ, ਧਾ ਤਿੱਟ ਤਿੰਨ ਤਿੰਨ, ਧਾ ਤਿੱਟ ਤਿੰਨ ਤਿੰਨ, ਧਾ ਤਿੱਟ। ਕਈ ਉਹਦੇ ਪ੍ਰਕਾਰ ਨੇ, ਧਾ ਧਾ ਤਿੱਟ ਤਿੰਨ ਤਿੰਨ, ਧਾ ਤਿੱਟ ਤਿੰਨ, ਧਾ ਧਾ ਤਿੰਨ ਤਿੰਨ, ਧਾ ਤਿੱਟ ਤਿੰਨ, ਧਾ ਧਾ।
ਵੀ ਆਪਾਂ ਵਜਾ ਸਕਦੇ ਹਾਂ। ਸਤਸੰਗ ਜੀ, ਇਸ ਚੈਨਲ ਨੂੰ, ਇਸ ਕੈਰਵੇ ਦੇ ਠੇਕੇ ਨੂੰ ਵੱਧ ਤੋਂ ਵੱਧ ਆਪ ਜੀ ਸ਼ੇਅਰ ਕਰੋ, ਲਾਈਕ ਕਰੋ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਮੈਂ ਆਪ ਜੀ ਦੇ ਸਹਿਯੋਗ ਨਾਲ ਅੱਗੇ ਤੋਂ ਅੱਗੇ ਇਸ ਕੈਰਵੇ ਨੂੰ ਹੋਰ ਪ੍ਰਕਾਰ, ਵੱਧ ਤੋਂ ਵੱਧ ਪ੍ਰਕਾਰ ਆਪਾਂ ਪੇਸ਼ ਕਰਦੇ ਰਹਾਂਗੇ ਅਤੇ ਆਪ ਜੀ ਸੀਸ ਬਖਸ਼ਣਾ ਅਤੇ ਕਮੈਂਟ ਕਰਨਾ, ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ, ਲਾਈਕ ਕਰਨਾ। ਵਾਹਿਗੁਰੂ ਜੀ ਕਾ।